ਵੀਰ ਸਤਿ ਸ਼੍ਰੀ ਅਕਾਲ ਜੀ ਅਤੇ ਆਪਾਂ ਇੱਕ ਹੋਰ ਅੱਜ ਦਾ ਨਵਾਂ ਵਲੋਗ ਲੈ ਕੇ ਆ ਚੁੱਕੇ ਹਾਂ ਅਤੇ ਅੱਜ ਦਾ ਵਲੋਗ ਆ ਆਪਣਾ ਟਰੈਕਟਰਾਂ 'ਤੇ ਇੱਕ ਜਿਹੜਾ ਕਿ ਟੈਸਟਿੰਗ ਵਾਸਤੇ ਟਰੈਕਟਰ ਆਪਾਂ ਟੈਸਟਿੰਗ ਕਰ ਰਹੇ ਹਾਂ ਇੱਕ ਉਹ ਟਰੈਕਟਰ ਆ ਜੋ ਕਿ ਤੁਸੀਂ ਦੇਖ ਲੈਂਦੇ ਆਪਾਂ ਕਿਹੜਾ ਜੋਂਡੀਆ ਟਰੈਕਟਰ ਲਾਇਆ ਆਪਾਂ ਆ ਅਤੇ ਨਿਊ ਹੋਲੈਂਡ ਟਰੈਕਟਰ ਹਾਲੇ ਨਹੀਂ ਲਾਇਆ ਹੋਇਆ ਜੋਂਡੀਆ ਟਰੈਕਟਰ ਲਾਇਆ ਆਪਾਂ ਅੱਜ ਦੇ ਵਲੋਗ ਦੇ ਵਿੱਚ ਜੋਂਡੀਆ ਟਰੈਕਟਰ ਨਾਲ ਅਤੇ ਆਪਾਂ ਇੱਕ ਆਪਦਾ ਟਰੈਕਟਰ ਲਾਇਆ ਅਤੇ ਦੇਖਦੇ ਹਾਂ ਹੁਣ ਕਿਹੜਾ ਟਰੈਕਟਰ ਵਧੀਆ ਚੱਲਦਾ ਆ ਮੇਰੇ ਹਿਸਾਬ 'ਤੇ ਤਾਂ ਆਪਣੇ ਟਰੈਕਟਰ ਲੱਗਦਾ ਤਾਂ ਹੈ ਵੀ ਕਰੂਗਾ ਕੋਈ ਕੰਮ ਪਰ ਫਿਰ ਦੇਖਦੇ ਹਾਂ ਤਾਂ ਆਪਾਂ ਵਲੋਗ ਦੇ ਵਿੱਚ ਹੀ ਪਤਾ ਲੱਗੂਗਾ ਆਪਾਂ ਨੂੰ ਵੀ ਕਿਹੜਾ ਟਰੈਕਟਰ ਵਧੀਆ ਚੱਲੂਗਾ ਅਤੇ ਜਿਹਨੂੰ ਜਿਹਨੂੰ ਅੱਜ ਦਾ ਵਲੋਗ ਵੀ ਆਪਣਾ ਵਧੀਆ ਲੱਗੇ ਅਤੇ ਉਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਗਾ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੋ ਕਿ ਇੱਦਾਂ ਦੇ ਤੁਸੀਂ ਵੀਡੀਓ ਦੇਖ ਸਕਦੇ ਹੋ ਉਸ ਚੈਨਲ ਦੇ ਉੱਪਰ ਅਤੇ ਅੱਜ ਦਾ ਵਲੋਗ ਆਪਾਂ ਬਿਨਾਂ ਟਾਈਮ ਵੇਸਟ ਕਰਦੇ ਹਾਂ ਹੁਣ ਕਰਦੇ ਹਾਂ ਸਟਾਰਟ ਮਿਲਦੇ ਹਾਂ ਆਪਾਂ ਬੈਕ ਕੈਮਰੇ ਦੇ ਨਾਲ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਅੱਜ ਦੀ ਟੈਸਟਿੰਗ ਦੀ ਵੀਡੀਓ ਦੇ ਵਿੱਚ ਤਾਂ ਆਪਣਾ ਟਰੈਕਟਰ ਦਾ ਬਿਲਕੁਲ ਰਿਹਾ ਫੇਲ ਜੋਂਡੀਆ ਟਰੈਕਟਰ ਬਿਲਕੁਲ ਵਧੀਆ ਰਿਹਾ ਮੇਰੇ ਹਿਸਾਬ 'ਤੇ ਜੋਂਡੀਆ ਟਰੈਕਟਰ ਨੇ ਵਾਰੀ ਵੀ ਨਹੀਂ ਆਉਣ ਦਿੱਤੀ ਇਸ ਟਰੈਕਟਰ ਨੇ ਆਪਣੇ HMT 'ਤੇ ਚਲੋ ਕੰਮ ਚੱਲ ਰਿਹਾ ਇਸ ਟਰੈਕਟਰ 'ਤੇ ਮਾੜਾ ਮੋਟਾ ਤਾਂ ਕਰਕੇ ਚਲੋ ਦਿੱਕਤ ਪੈ ਰਹੀ ਸੀ ਪਰ ਇੰਨੀ ਵੀ ਦਿੱਕਤ ਨਹੀਂ ਸੀ ਪੈਣੀ ਚਾਹੀਦੀ ਜਿੰਨੀ ਮੈਂ ਇਹ ਟਰੈਕਟਰ ਨੇ ਕਰਤੀ ਹੈ ਅਤੇ ਅੱਜ ਦਾ ਵਲੋਗ ਆਪਣਾ ਟੈਸਟਿੰਗ ਦਾ ਖਤਮ ਹੁੰਦਾ ਹੁਣ ਨੈਕਸਟ ਵਲੋਗ ਆਊਗਾ HR ਟਰੈਕਟਰ ਦੇ ਨਾਲ ਨਿਊ ਹੋਲੈਂਡ ਟਰੈਕਟਰ ਦਾ ਅਤੇ ਉਹ ਵੀ ਤੁਸੀਂ ਜ਼ਰੂਰ ਦੇਖ ਲਿਓ ਅਤੇ ਅੱਜ ਦਾ ਵਲੋਗ ਆਪਣਾ ਇੱਥੇ ਹੀ ਐਂਡ ਹੁੰਦਾ ਆ ਅੱਜ ਦਾ ਵਲੋਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਨੈਕਸਟ ਵਲੋਗ ਦੇ ਵਿੱਚ ਮਿਲਾਂਗੇ ਬਹੁਤ ਹੀ ਜਲਦ।